कबड्डी 1-2-3 बहुत बहुत स्वागत आ। दर्शक भीर आप कबड्डी की गल करिए, लॉकडाउन के कारण जो कि कबड्डी के मैच जो बंद हो गए सन, उन्होंने मद्देनज़र रखते अज असी पहुँचे पिंड गुरमा, जिथे तुम वेख सकते हो भी अनेक ही प्लेयर जोड़े तो प्रैक्टिस करते। सो उन्होंने जो प्रैक्टिस कराते हैं जो किसी जान पहचान के मोहताज नहीं, अंतरराष्ट्रीय कबड्डी प्लेयर हरविंदर सिंह भाऊ, आप गल कर गलबात करते हैं। आओ जी, सत श्री अकाल हरविंदर भीर, पहला तो बहुत स्वागत है। सत श्री अकाल भाई, एक दो तीन लाइव देखने वाले सारे दर्शकों मेरे वालों सत श्री अकाल। पूरे आप जो कबड्डी की गल करिए भी, जो तुम ये जी कैंप ला लग्या हुआ कैंप आ, हाँ जी, इन कि टाइम हो गया थोड़ा कैंप स्टार्ट किए, कि प्लेयर जो सोडे को इतने कैंप दे आए? कैंप लगे नु साडे हो गए 3 महीने हो गए, 6 महीने तो कैंप चलता साडा, तो साढ़े को 100 प्लेयर हों भी नेड़े नेड़े सारे पिंड, कोई दूरों भी आ जिमें पखो तो आ, इधरों जोधा तो बन मुंडे प्रैक्टिस बहुत बहुत दूरों दूरों आते प्रैक्टिस कर। अपना फ्री कैंप है भीरे, कोई आप किसी तो फीस नहीं लेंगे, जिनी कोई गरीब प्लेयर वो हैल्प भी करते हैं, जो जिनी कि डायरेक्टर नहीं घरों लै सकता अं जिन सारे रल मिल के सारे प्लेयर दिने डायर का भी प्रबंध करते हैं। ਇਹ ਜਿਵੇਂ ਲੋਕਡਾਊਨ ਰਿਹਾ, ਆਪਾਂ ਦੇਖਿਆ ਵੀ 6 ਮਹੀਨੇ ਜਿਹੜਾ ਲੋਕਡਾਊਨ ਰਿਹਾ, ਆਪਣੇ ਜਿਹੜੇ ਕਬੱਡੀ ਦੇ ਮੈਚ ਬੰਦ ਰਹੇ ਨੇ, ਉਹਨਾਂ ਦੇ ਵਿੱਚ ਕਿੱਦਾਂ ਦਾ ਕੀ ਕੁਛ ਕੀਤਾ ਤੁਸੀਂ ਵੀ, ਪ੍ਰੈਕਟਿਸ ਚੱਲੀ ਜਾਂ ਕਿਵੇਂ ਕੀ ਗੱਲਬਾਤ? ਬਈ ਪਹਿਲਾਂ ਤਾਂ 3 ਮਹੀਨੇ ਤਾਂ ਘਰ ਹੀ ਰਿਹਾ, ਜਿਵੇਂ ਮਾਰਚ ਤੋਂ ਲੋਕਡਾਊਨ ਰਿਹਾ ਹਨਾ, ਫਿਰ 6ਵੇਂ ਮਹੀਨੇ ਤੋਂ ਅਸੀਂ ਕੈਂਪ ਸਟਾਰਟ ਕਰਤਾ ਸੀਗਾ, ਵੀ ਸਾਨੂੰ ਉਮੀਦ ਸੀ ਵੀ ਹਾਂ ਵੀ ਗਾਹ ਮੈਚ ਚੱਲਣਗੇ, ਉਹਦੀ ਤਿਆਰੀ ਉਦੋਂ ਤੋਂ ਹੀ ਕਰ ਰਹੇ ਹਾਂ। ਅਤੇ ਬਾਕੀ ਸਾਡੇ ਕੋਚ ਸਾਹਿਬ ਨੇ ਦਲੀਪ DP ਜੀ ਸਾਡੇ, ਪਹਿਲਾਂ ਤੋਂ ਸਾਨੂੰ ਉਹਨਾਂ ਨੇ ਖੇਡਣ ਲਾਇਆ ਸੀ ਵੀ ਉਹ ਵੀ ਉਦੋਂ ਤੋਂ ਹੀ ਆਉਂਦੇ ਆ, ਸਾਨੂੰ ਪ੍ਰੈਕਟਿਸ ਉਦੋਂ ਦੀ ਕਰਾਉਂਦੇ ਆ, ਉਹਨਾਂ ਦੀ ਸੇਵਾ ਇੱਥੇ ਬਹੁਤ ਆ ਸਾਨੂੰ ਉਦੋਂ ਦੀ, ਸਾਨੂੰ ਉਹ ਹੁਣ ਤੱਕ ਹੁਣ ਪ੍ਰੈਕਟਿਸ ਕਰਾਉਂਦੇ ਉਹੀ ਕਰਾਉਂਦੇ ਆ ਜੀ। ਇੱਕ ਆਪਾਂ ਗੱਲ ਕਰੀਏ ਸਨੀ ਆਦਮ ਵਾਲੀ, ਜਿਹੜਾ ਸੁਣਿਆ ਉਹ ਕੀ ਆਹੀ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਕੇ ਜਿਹੜਾ ਜੋ ਕੈਨੇਡਾ ਦੇ ਵਿੱਚ ਖੇਡਦੇ ਆ? ਹਾਂਜੀ ਬਾਈ, ਉਹ ਇਸੇ ਗਰਾਊਂਡ 'ਚ ਹੀ ਪ੍ਰੈਕਟਿਸ ਕਰਦਾ ਸੀ, ਮੇਰੇ ਕੋਲ ਹੀ ਰਹਿੰਦਾ ਸੀ, ਘਰੇ ਰਹਿੰਦਾ ਸੀ ਆਪਣੇ ਕੋਲ, ਅਤੇ ਇੱਥੇ ਇਸੇ ਗਰਾਊਂਡ 'ਚ ਹੀ ਤਿਆਰ ਹੋ ਕੇ ਗਿਆ ਉਹ। ਆਪਾਂ ਹੋਰ ਪਹਿਲਾਂ ਦੀ ਗੱਲ ਕਰਦੇ ਹਾਂ, ਨਾਲ ਮੇਰੇ ਵੀਰਾ, ਵੀਰੇ ਕੀ ਹਾਲ ਹੈ? ਪਹਿਲਾਂ ਤਾਂ 1-2 ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ, 1-2-3 ਲਾਈਵ ਦਾ ਧੰਨਵਾਦ, ਤੁਸੀਂ ਆਏ ਸਾਡੇ ਕੈਂਪ 'ਚ। ਵੀਰੇ ਤੁਸੀਂ ਕੈਂਪ ਲਾਇਆ ਹੋਇਆ ਹਨਾ, ਜਿਵੇਂ ਦੱਸ ਰਿਹਾ ਵੀਰਾ ਵੀ 6 ਮਹੀਨੇ ਜਾਂ 3 ਮਹੀਨੇ ਹੋ ਗਏ ਕੈਂਪ ਚੱਲਦੇ ਨੂੰ, ਹਾਂਜੀ, ਕਿੱਦਾਂ ਕਿੱਦਾਂ ਦੀ ਪਰਫਾਰਮੈਂਸ ਆ ਕੈਂਪ ਦੇ ਵਿੱਚ, ਕਿੱਦਾਂ ਦਾ ਪ੍ਰਦਰਸ਼ਨ ਰਹਿੰਦਾ ਵੀ ਤੁਸੀਂ ਰੋਜ਼ ਪ੍ਰੈਕਟਿਸ ਸਵੇਰੇ ਅਤੇ ਸ਼ਾਮ ਨੂੰ ਪ੍ਰੈਕਟਿਸ ਕਰਦੇ ਹੋ? ਹਾਂਜੀ ਵਧੀਆ ਵੀਰੇ, ਜਿਵੇਂ ਬਾਈ ਉਸਤਾਦ ਨੇ ਦੱਸਿਆ ਵੀ ਆਪਣੇ ਮਾਸਟਰ ਜੀ ਦਲੀਪ ਸਿੰਘ ਜੀ ਆ ਰਹੇ ਆ, DP ਸਾਹਿਬ, ਵਧੀਆ। ਪਹਿਲਾਂ ਵੀਰੇ ਥੋੜ੍ਹੀ ਲਾਈਟ ਕਰਦੀ ਪ੍ਰੈਕਟਿਸ ਪਹਿਲਾਂ 15-20 ਦਿਨ, ਜਿੱਦਾਂ ਉਦੋਂ ਬਾਅਦ ਹੁਣ ਤਾਂ ਗੇਮ ਵੀ ਲਾਉਂਦੇ ਅਸੀਂ, ਜਿੱਦਾਂ ਇੱਕ ਦਿਨ ਛੱਡ ਕੇ ਇੱਕ ਦਿਨ ਪ੍ਰੈਕਟਿਸ, ਇੱਕ ਦਿਨ ਗੇਮ ਲਾਉਂਦੇ ਹਾਂ, ਜਿੱਦਾਂ ਵੀ ਹਾਰਡ ਕਰੀ ਜਾਂਦੇ ਹਾਂ ਜਾਂ ਕੈਂਪ ਅੱਗੇ ਵਧੀ ਜਾਂਦਾ। ਹੁਣ ਜਿਹੜਾ ਕੈਂਪ ਚੱਲਦਾ ਅੱਗੇ, ਜੇ ਆਪਾਂ ਮੈਚਾਂ ਦੀ ਗੱਲ ਕਰੀਏ, ਜਿਹੜਾ ਕਿ ਮੈਚ ਸਟਾਰਟ ਹੋਣਗੇ, ਇਹ ਤੁਹਾਡੇ ਪਿੰਡ ਦੇ ਜਿੰਨੇ ਪਲੇਅਰ ਖੇਡ ਰਹੇ ਨੇ, ਕਿਹੜੇ ਕਿੰਨੇ ਪਲੇਅਰਾਂ ਦਾ ਕਿੱਦਾਂ ਦਾ ਪ੍ਰਦਰਸ਼ਨ ਹੋਊਗਾ ਵੀ ਦਰਸ਼ਨ? ਹਾਂਜੀ ਵੀਰੇ, ਸਾਰੇ ਮੁੰਡੇ ਜਿੱਦਾਂ ਵਧੀਆ ਪ੍ਰੈਕਟਿਸ ਕਰਦੇ ਆ ਇਮਾਨਦਾਰੀ ਨਾਲ, ਅਤੇ ਵਧੀਆ ਜਿੱਦਾਂ ਬਾਈ ਨੇ ਦੱਸਿਆ ਹੈਲਪ ਕਰਦੇ ਆ ਅਸੀਂ ਜਿਹਨੂੰ ਲੋੜ ਹੁੰਦੀ ਆ ਕੋਈ ਲੋੜਵੰਦ ਆ, ਅਤੇ ਸਾਨੂੰ ਇਹੀ ਉਮੀਦ ਆ ਵੀ ਵਧੀਆ ਸਾਰੇ ਮੁੰਡੇ 100% ਦੇਣਗੇ ਆਪਦਾ, ਵਧੀਆ ਪ੍ਰੈਕਟਿਸ ਕਰਦੇ ਆ ਅਤੇ ਵਧੀਆ ਗੇਮ ਦਿਖਾਉਣਗੇ। ਕੀ ਇੱਥੇ ਜਿਹੜੇ ਵੀਰੇ ਨੇ ਦੱਸਿਆ ਵੀ 100 ਜਾਂ 150 ਦੇ ਕਰੀਬ ਮੁੰਡਾ ਜਿਹੜਾ ਇੱਥੇ, ਹਾਂਜੀ, ਇਹਨਾਂ ਨੂੰ ਕੀ ਡਾਇਟ ਸਵੇਰੇ ਸ਼ਾਮ ਮਿਲਦੀ ਆ ਜਾਂ ਕਿਵੇਂ ਵੀ ਆਪਣੇ ਘਰਾਂ ਦੇ ਵਿੱਚ? ਨਹੀਂ ਵੀਰੇ, ਉੱਦਾਂ ਤਾਂ ਸਾਰੇ ਮੁੰਡੇ ਘਰ ਹੀ ਜਾਂਦੇ ਆ, ਮਤਲਬ ਪ੍ਰੈਕਟਿਸ ਕਰਨ ਆਉਂਦੇ ਆ ਉਰੇ। ਹਾਂ, ਜਿਹੜਾ ਕੋਈ ਲੋੜਵੰਦ ਆ ਉਹਨੂੰ ਅਸੀਂ ਆਪ ਹੀ ਇਕੱਠੇ ਹੋ ਕੇ, ਮਤਲਬ ਕੋਈ ਵੀ ਡਾਇਟ ਆ ਨਹੀਂ ਲੈ ਸਕਦਾ ਉਹਨੂੰ ਅਸੀਂ ਲਿਆ ਕੇ ਦਿੰਦੇ ਹਾਂ, ਕੋਈ ਜਿੱਦਾਂ ਕੋਈ ਸਪਲੀਮੈਂਟ ਚਾਹੀਦਾ, ਕੋਈ ਕਿਸੇ ਨੂੰ ਬਦਾਮ ਚਾਹੀਦੇ ਆ ਨਹੀਂ ਲੈ ਸਕਦਾ ਘਰੋਂ, ਮਤਲਬ ਉਹਨੂੰ ਅਸੀਂ ਹੈਲਪ ਕਰਦੇ ਹਾਂ ਜੀ। ਇੱਕ ਹੋਰ ਆ ਮੇਰਾ ਵੀਰ ਬੰਟੀ, ਪਹਿਲਾਂ ਤਾਂ 1-2 ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਕਬੱਡੀ 1-2 ਦੇ ਵਿੱਚ। ਸਤਿ ਸ਼੍ਰੀ ਅਕਾਲ ਵੀਰ ਸਾਰਿਆਂ ਨੂੰ। ਇਹ ਕੈਂਪ ਬਾਰੇ ਕੁਝ ਦੱਸਣਾ ਚਾਹੁੰਦਾ ਵੀ ਕੈਂਪ ਕਿੱਦਾਂ ਦਾ ਚੱਲਦਾ 6 ਮਹੀਨੇ, ਜਿਵੇਂ ਬਾਈ ਨੇ ਦੱਸਿਆ ਵੀ ਸਨੀ ਆਦਮ ਵਾਲੀ ਇੱਕ ਜਿਹੜਾ ਅੱਜ ਕੱਲ੍ਹ ਹਨਾ ਆਪਾਂ ਦੇਖਦੇ ਹਾਂ ਵੀ ਕਬੱਡੀ ਦੇ ਵਿੱਚ ਇੱਕ ਨਾਮ ਵਰ ਜਾਫੀ ਬਣਿਆ ਹਨਾ, ਬਾਈ ਨੇ ਦੱਸਿਆ, ਹੋਰ ਉਮੀਦ ਆਪਾਂ ਨੂੰ ਹੈਗੀ ਆ ਵੀ ਇਹਦੇ ਜਿਹੜੇ ਪਲੇਅਰ ਆਪਣੇ ਕੋਲ ਕਰਦੇ ਨੇ ਵੀ ਅੱਗੇ ਦਾ ਪ੍ਰਦਰਸ਼ਨ ਕਿੱਦਾਂ ਦਾ ਰਹੂਗਾ? ਹਾਂਜੀ ਵੀਰੇ, ਆਪਣਾ ਕੈਂਪ ਬਹੁਤ ਵਧੀਆ ਚੱਲ ਰਿਹਾ ਵੀਰੇ, 3 ਮਹੀਨੇ ਹੋ ਗਏ ਚੱਲਦੇ ਨੂੰ, ਬਹੁਤ ਵਧੀਆ ਮੁੰਡੇ ਪ੍ਰੈਕਟਿਸ ਕਰਦੇ ਨੇਗੇ, ਆਪਣੇ ਬਾਈ ਉਸਤਾਦ ਦਾ ਬੇਟਾ ਬਿੱਲਾ ਮੁੰਡਾ ਡਾਕਟਰ ਹੈਗਾ, ਆਪਣੇ ਪਿੰਡੂ ਵੀ ਨੇ, ਸਾਰੇ ਮੁੰਡੇ ਬਹੁਤ ਵਧੀਆ ਉਹਨਾਂ ਦਾ, ਸਾਨੂੰ ਉਹਨਾਂ ਦਾ ਪੂਰੀ ਉਮੀਦ ਆ ਵੀ ਉਹ ਪੂਰਾ ਆਪਣਾ 100% ਦੇਣਗੇ, ਗੁਰਦੀਪ ਮੁੰਡਾ, ਰਾਜਾ ਬਾਈ, ਸਾਰੇ ਵਧੀਆ ਪਰਫੋਰਮੈਂਸ ਆ ਮੁੰਡਿਆਂ ਦੀ, ਸਾਨੂੰ ਪੂਰੀ ਉਮੀਦ ਆ ਸਾਰਿਆਂ ਨੂੰ। ਇੱਕ ਆਪਾਂ ਰਾਜ ਸਰ ਵੀਰੇ, ਰਾਜ ਸਰ ਤੋਂ ਹੁਣ ਵੀਰਾ ਵੀ ਹੁਣ ਜਿਵੇਂ ਆਪਾਂ ਅੱਜ ਆਪਾਂ ਦੇਖਦਾ ਵੀ ਹੁਣ ਲੋਕਡਾਊਨ ਦਾ ਜਿਹੜੇ ਮੈਚ ਬੰਦ ਸੀ, ਕੀ ਤੁਸੀਂ ਪ੍ਰਸ਼ਾਸਨ ਨੂੰ ਜਾਣਾ ਚਾਹੁੰਦਾ ਵੀ ਆਪਣੇ ਮੈਚਾਂ ਦੇ ਬਾਰੇ ਵੀ, ਸਾਡੇ ਮੈਚ ਜਿਵੇਂ ਆਪਾਂ 6 ਮਹੀਨੇ ਮੈਚਾਂ ਤੋਂ ਰੁਕੇ ਹੋਏ ਹਾਂ, ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਤੁਸੀਂ? ਹਾਂਜੀ ਵੀਰੇ, ਅਸੀਂ ਪਿਛਲੇ 4-5 ਦਿਨ ਹੋ ਗਏ ਅਸੀਂ DC ਦਫ਼ਤਰ ਮੰਗ ਪੱਤਰ ਵੀ ਦਿੱਤਾ ਸੀਗਾ ਬਰਨਾਲੇ ਜ਼ਿਲ੍ਹੇ ਦੇ ਆਪਣੇ ਪਲੇਅਰਾਂ ਨੇ ਸਾਰੇ ਇਕੱਠੇ ਹੋ ਕੇ, ਅਤੇ ਅਸੀਂ ਮੰਗ ਕਰਦੇ ਹਾਂ ਵੀ ਦੇਖੋ ਪਲੇਅਰ ਕਬੱਡੀ 'ਤੇ ਹੀ ਨੇ ਜ਼ਿਆਦਾਤਰ, ਜਿੱਦਾਂ ਜਿਹਦਾ ਨਹੀਂ ਘਰ ਔਖਾ ਗਾ ਕਬੱਡੀ ਤੋਂ ਹੀ ਆਰਥਿਕ ਮਤਲਬ ਉਹ ਕਰ ਸਕਦੇ, ਆਪਣੇ ਪੈਸੇ ਕਮਾ ਸਕਦੇ। ਅਸੀਂ ਮੰਗ ਪੱਤਰ ਵੀ ਦਿੱਤਾ ਸੀ, ਅਸੀਂ ਕਹਿੰਦੇ ਵੀ ਮੈਂ ਸ਼ੁਰੂ ਕੀਤੇ ਜਾਣ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਦੇ ਵਿੱਚ ਰਹਿ ਕੇ ਮਤਲਬ ਮੈਂ ਸ਼ੁਰੂ ਕੀਤੇ ਜਾਣ, ਤਾਂ ਮਤਲਬ ਨੁਕਸਾਨ ਨਹੀਂ ਹੋਊਗਾ ਪਲੇਅਰਾਂ ਦਾ। ਆਪਾਂ ਹਰਵਿੰਦਰ ਵੀਰ ਨਾਲ ਗੱਲ ਕਰਦਾ, ਹਰਵਿੰਦਰ ਸਿੰਘ ਭਾਊ, ਭਾਊ ਵੀਰੇ ਜਿਵੇਂ ਆਪਾਂ ਵੀਰੇ ਨੇ ਦੱਸਿਆ ਵੀ ਪ੍ਰਸ਼ਾਸਨ ਨੂੰ ਜਾਂ ਅੱਜ ਦੀਆਂ ਸਰਕਾਰਾਂ ਨੂੰ ਤੁਸੀਂ ਆਪਣੇ ਜਿਹੜੇ ਲੋਕਡਾਊਨ ਦੇ ਵਿੱਚ ਆਪਣੇ ਮੈਚ ਬੰਦ ਰਹੇ ਨੇ, ਹੁਣ ਮੈਚ ਚਲਾਉਣ ਬਾਰੇ ਤੁਸੀਂ ਕੋਈ ਰਾਏ ਦੇਣਾ ਚਾਹੋਗੇ ਵੀ ਸਾਡੇ ਮੈਚ ਚਲਾਉਣ ਜਾਂ ਕਿਵੇਂ ਕੀ ਪ੍ਰਸ਼ਾਸਨ ਦੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ? ਹਾਂਜੀ ਬਾਈ, ਜਿਵੇਂ ਹੈ ਨਾ ਜਿਹੜੇ ਵੀ ਸਾਰੇ ਪਲੇਅਰ ਕਬੱਡੀ ਖੇਡਦੇ ਆ, ਸਾਰਿਆਂ ਦਾ ਰੁਜ਼ਗਾਰ ਕਬੱਡੀ ਦੇ ਸਿਰ 'ਤੇ ਚੱਲਦਾ, ਇਕੱਲੇ ਪਲੇਅਰਾਂ ਦਾ ਨਹੀਂ, ਹੋਰ ਵੀ ਬਹੁਤ ਜਿਵੇਂ ਕੋਈ ਰੇੜੀਆਂ ਵਾਲੇ ਹੋ ਗਏ, ਕਮੈਂਟਰ ਹੋ ਗਏ, ਰੈਫਰੀ ਹੋ ਗਏ, ਹੈ ਨਾ,
तो थोड़ा लाए वाले का सारे का रुजगार क्वाटी के सिर ती चलता। असी प्रशासन तो उदा मंग पत्र दिता ही डीसी साहब न थोड़े दिन होया तो शायद हो सकता भी मैच चलाउणगे भी चल पैण तो वधिया प्लेयरां लई वधिया क्योंकि प्रैक्टिस करदे आ सारे आपकी खुराक खांदे आ घरों खर्चा करदे आ तो क्वाटी सिर ती आ प्लेयरां दा सारा। हुण जिहड़े प्लेयर तुसीं तैयार कर रहे हो छोटा कैंप लग्या होया जिहड़ा 3 महीने तों ये कैंप का जिहड़ा प्रदर्शन आ प्लेयर वो आने वाले मैचों के किदा का देने कि परफॉर्मेंस जो लोगों के दिलों के वासा करेंगे किदा की परफॉर्मेंस देने भाई देखना साड़ी तो अपनी तो मेहनत फुल कराई जाने है ना बाकी इन्हों पर डिपेंड करता वधिया देने क्योंकि 3 महीने हो गए बाकी मैं करा मास्टर जी कराते हैं साडे वालों तो पूरा इन्हों रिस्पोंस मिल रहा बाकी इन्हों पर डिपेंड करता है ना मेहनत बहुत करते हैं वधिया खेडणगे 100% देणगे अपना। पहला तो कबड्डी बंटू दे बहुत बहुत स्वागत है जी तुहाडा भी बहुत धन्यवाद जी जिहड़ा तुसीं आके ਇਹ ਪਛੜੇ ਪਿੰਡ 'ਚ ਆ ਕੇ ਤੁਸੀਂ ਕੈਂਪ ਨੂੰ ਕਵਰ ਕਰ ਰਹੇ ਹੋ ਤੁਹਾਡੀ ਸਮੁੱਚੀ ਟੀਮ ਦਾ ਸਾਡੇ ਸਮੁੱਚੇ ਖਿਡਾਰੀਆਂ ਵੱਲੋਂ ਅਤੇ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਉਹ ਸਭ ਜੇ ਕੈਂਪ ਦੀ ਗੱਲ ਕਰੀਏ ਜਿਵੇਂ ਵੀਰੇਂਦਰ ਸਰਵਿੰਦਰ ਸਿੰਘ ਭਾਊ ਵੀ ਇਹ ਵੀ ਜਿਹੜੇ ਪਲੇਅਰ ਜਿਹੜੇ ਤੁਸੀਂ ਤਿਆਰ ਕੀਤੇ ਉਹਨੇ ਹੈ ਨਾ ਹੁਣ ਤੱਕ ਦਾ ਤੁਹਾਡੇ ਟਾਈਮ ਤੋਂ ਜਿਵੇਂ ਤੁਸੀਂ ਦੱਸਿਆ ਵੀਰੇ ਨੇ ਵੀ ਤੁਸੀਂ ਅਥਲੀਟ ਹੋ ਹੈ ਨਾ ਤੁਸੀਂ ਕਬੱਡੀ ਵੀ ਖੇਡੀ ਆ ਅਥਲੀਟ ਵੀ ਰਹੋ ਇਸ ਟਾਈਮ ਪ੍ਰੋਫੈਸਰ ਵੀ ਮਿਲਣ ਵਾਲਾ ਪ੍ਰੋਫੈਸਰ ਵੀ ਤੁਸੀਂ ਲੱਗੇ ਹੋ ਕਿੱਦਾਂ ਦਾ ਹੁਣ ਤੱਕ ਕਿੱਦਾਂ ਦਾ ਕਿੰਨਾ ਟਾਈਮ ਤੁਹਾਨੂੰ ਹੋ ਗਿਆ ਮਤਲਬ ਕਬੱਡੀ ਦੇ ਨਾਲ ਜੁੜੇ ਨੂੰ ਕਿੰਨਾ ਟਾਈਮ ਤੁਹਾਨੂੰ ਕੈਂਪ ਦੇ ਵਿੱਚ ਆਏ ਨੂੰ ਹੋਇਆ ਜੀ। ਮੈਨੂੰ ਕਬੱਡੀ ਨਾਲ ਜੁੜੇ 1975 ਦਾ ਕਬੱਡੀ ਨਾਲ ਜੁੜੇ ਹੋਇਆ ਇੱਥੇ ਕੈਂਪ ਦੇ ਵਿੱਚ ਅਗਸਤ ਤੋਂ ਸਟਾਰਟ ਕੀਤੀ ਆ ਅਤੇ ਪਹਿਲਾਂ ਇਦੋਂ ਪਹਿਲਾਂ ਇਹ ਭਾਊ ਦੀ ਤਿਆਰ ਕੀਤੀ ਹੋ ਗਈ ਸੀ ਕਿਉਂਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਕੁਝ ਸਮਾਂ ਕੈਨੇਡਾ ਚਲੇ ਗਿਆ ਸੀ ਇਹਨਾਂ ਦੀ ਬੇਨਤੀ 'ਤੇ ਕਿਉਂ 10 ਸਾਲ ਬਾਅਦ ਮੈਂ ਦੁਬਾਰੇ ਆ ਕੇ ਟ੍ਰੇਨਿੰਗ ਸਟਾਰਟ ਕੀਤੀ ਆ 2010 'ਚ ਮੈਂ ਪ੍ਰਮੋਟ ਹੋ ਕੇ ਇੱਥੋਂ ਚਲੇ ਗਿਆ ਸੀ ਉਸ ਤੋਂ ਬਾਅਦ ਵਾਂਗਡੋਰ ਜਿਹੜੀ ਕਬੱਡੀ ਦੀ ਇਹਨਾਂ ਨੇ ਸੰਭਾਲੀ ਆ ਅਤੇ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਜਿਹੜਾ ਮੇਰੇ ਤੋਂ ਮਗਰੋਂ ਇਹਨੇ ਕਬੱਡੀ ਨੂੰ ਸੰਭਾਲ ਕੇ ਰੱਖਿਆ ਅਤੇ ਹੁਣ ਕੈਂਪ ਆ ਜਿਹੜਾ ਇਹ ਕੈਂਪ ਦੇ ਵਿੱਚ ਅਸੀਂ ਟ੍ਰੇਨਿੰਗ ਅਤੇ ਕੋਚਿੰਗ ਕਰ ਰਹੇ ਹਾਂ ਟ੍ਰੇਨਿੰਗ ਪਹਿਲਾਂ ਕੋਚਿੰਗ ਬਾਅਦ 'ਚ ਆਮ ਤੌਰ 'ਤੇ ਸਾਬਤ ਬੋਲਦੇ ਵੀ ਕੋਚਿੰਗ ਕੈਂਪ ਲੱਗਿਆ ਗਿਆ ਕੋਚਿੰਗ ਕੈਂਪ ਨਹੀਂ ਉਹ ਅਗਲੀ ਸਟੇਜ ਆ ਪਹਿਲਾਂ ਸਾਡੀ ਟ੍ਰੇਨਿੰਗ ਕੈਂਪ ਆ ਇਹਦੇ ਵਿੱਚ ਕੰਡੀਸ਼ਨ ਕਰਵਾ ਰਹੇ ਹਾਂ ਬੱਚਿਆਂ ਨੂੰ ਆਲ ਰਾਊਂਡ ਟਾਈਪ ਦੀ ਤਾਂ ਜੋ ਇਹ ਇਹਨਾਂ ਵਿੱਚ ਸਟਰੈਂਥ ਇੰਡੋਰੈਂਸ ਸਪੀਡ ਐਜਿਲਿਟੀ ਕੋਬਿਲਟੀ ਇਹ ਸਾਰੀਆਂ ਡਿਵੈਲਪ ਹੋ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਬੱਡੀ ਖੇਡਣ ਇਹ ਚੀਜ਼ ਦੀ ਘਾਟ ਨਾ ਮਹਿਸੂਸ ਕਰਨ ਤਾਂ ਜੋ ਅਸੀਂ ਦੂਜੇ ਖਿਡਾਰੀਆਂ ਨੂੰ ਵਿਲੱਖਣ ਹੋਈਏ ਕਿਉਂਕਿ ਸਾਡੇ ਵਿੱਚ ਸਟੈਮਿਨਾ ਵੀ ਹੋਵੇ ਤਾਕਤ ਵੀ ਹੋਵੇ ਸਪੀਡ ਹੋਵੇ ਬਾਕੀ ਦੀਆਂ ਜਿਹੜੀਆਂ ਕਬੱਡੀ ਨਾਲ ਰਿਲੇਟਡ ਟੈਕਨੀਕਸ ਨੇ ਫੰਡਾਮੈਂਟਲ ਨੇ ਉਹ ਤਰਤੀਬ ਵਾਰ ਇਹਨਾਂ ਨੂੰ ਅਸੀਂ ਜਾਣੂ ਕਰਵਾ ਰਹੇ ਹਾਂ ਅਤੇ ਉਹਨਾਂ ਦਾ ਹੁਣ ਅਭਿਆਸ ਕਰਾਉਣਾ ਹਜੇ ਅਭਿਆਸ ਨਹੀਂ ਕਰਾਇਆ ਸਿਰਫ ਅਜੇ ਤਾਂ ਇਹਨਾਂ ਦੀ ਫਿਜ਼ੀਕਲ ਫਿਟਨੈਸ ਹੀ ਚੱਲਦੀ ਹੈ ਇਹ ਆਹ ਮਹੀਨਾ ਫਿਜ਼ੀਕਲ ਫਿਟਨੈਸ ਉਸ ਤੋਂ ਬਾਅਦ ਇਹਨਾਂ ਦੀ ਕੰਪੀਟੀਸ਼ਨ ਲਈ ਤਿਆਰੀ ਹੋਊਗੀ ਤਾਂ ਜੋ ਸਾਨੂੰ ਦੂਜੇ ਟੀਮਾਂ ਦੇਖ ਕੇ ਇਹਨਾਂ ਦੀ ਤਿਆਰੀ ਨੂੰ ਦੇਖ ਕੇ ਅਸੀਂ ਜਿਹੜਾ ਟ੍ਰੇਨਿੰਗ ਮੈਥਡ ਹੈ ਲੌਂਗ ਟਰਮ ਆ ਇਹ ਨਹੀਂ ਹੈਗਾ ਵੀ ਟੂਰਨਾਮੈਂਟ ਆ ਗਿਆ ਅਤੇ 15 ਦਿਨ ਤਿਆਰੀ ਕਰ ਲਓ ਲੌਂਗ ਟਰਮ ਦਾ ਇਹ ਵੀ ਮਤਲਬ ਵੀ ਅਸੀਂ ਖਿਡਾਰੀ ਜਿਹੜਾ ਮੇਰੇ ਕੋਲ ਟ੍ਰੇਨਿੰਗ ਕਰੂਗਾ ਉਹ 15 ਸਾਲ ਜਾਂ 20 ਸਾਲ ਖੇਡੂਗਾ ਵਿਦਆਊਟ ਡੋਪਿੰਗ ਜਿਵੇਂ ਮਿਸਾਲ ਆਪਾਂ ਹਰਵਿੰਦਰ ਸਿੰਘ ਹਾਂ ਹਰਵਿੰਦਰ ਜੀ ਇਹ ਤੋਂ ਪਹਿਲਾਂ ਭਰਥਾ ਦਾਸ ਜੀ ਕਾਲਾ ਹਮੀਦੀ ਇਹ ਖੇਡੇ ਲੰਬਾ ਸਮਾਂ ਕਿਉਂਕਿ ਵਿਦਆਊਟ ਡੋਪਿੰਗ ਖੇਡਿਆ ਅਤੇ ਇਸ ਕਰਕੇ ਆ ਜਿਹੜੀ ਜਨਰੇਸ਼ਨ ਆ ਇਹ ਇਹਨਾਂ ਇਸ ਕਰਕੇ ਵੀ ਮੋਟੀਵੇਟ ਕਰਦੇ ਨੇ ਇਹ ਵੀ ਜੇ ਅਸੀਂ ਵਿਦਆਊਟ ਡੋਪਿੰਗ ਖੇਡ ਰਹੇ ਸਕਦੇ ਹਾਂ ਤਾਂ ਇਹ ਜਨਰੇਸ਼ਨ ਵੀ ਖੇਡ ਸਕਦੀ ਆ ਆਉਣ ਵਾਲੇ ਸਮੇਂ 'ਚ ਹੋਰ ਵੀ ਹਾਲੇ ਤਾਂ ਪਹਿਲਾਂ 1 ਸਾਲ ਦਾ ਕਿਸੇ ਦੀ ਟ੍ਰੇਨਿੰਗ ਆ ਕਿਸੇ 2 ਸਾਲ ਦੀ ਆ ਕਿਸੇ ਤਰ੍ਹਾਂ ਕੋਈ ਆਹ ਮੁੰਡਾ ਇਹਦੀ ਟ੍ਰੇਨਿੰਗ ਹੈਗੀ 4-5 ਸਾਲ ਦੀ ਇਸ ਟੋਪਰ ਆਉਣ ਵਾਲੇ ਸਮੇਂ 'ਚ ਇਹਨੂੰ ਜਿਵੇਂ ਆਪਾਂ ਗੁਰ ਦੱਸ ਕੇ ਟੋਪ ਦਾ ਖਿਡਾਰੀ ਬਣਾਉ ਤਾਂ ਜੋ ਮਾਝੇ ਵਾਲੇ ਦੁਆਬੇ ਵਾਲੇ ਆਮ ਤੌਰ 'ਤੇ ਕਹਿੰਦੇ ਮਲਵਾਈ ਤਾਂ ਉਈ ਨੇ ਪਰ ਉਹਨਾਂ ਨੂੰ ਅਸੀਂ ਬੀਟ ਕਰਨਾ ਇਸ ਚੀਜ਼ ਟੈਕਨੀਕ ਦੇ ਵਿੱਚ ਇਸ ਕਰਕੇ ਵੀ ਇਹਨਾਂ ਨੂੰ ਹਜੇ ਟੈਕਨੀਕ ਸਿਖਾਉਣੀ ਆ ਸਿਰਫ ਫਿਜ਼ੀਕਲ ਫਿਟਨੈਸ ਬਾਰੇ ਪ੍ਰੋਗਰਾਮ ਚੱਲਦਾ ਇਹ ਚੱਲੂਗਾ ਅਤੇ ਬਾਕੀ ਰਹੀ ਗੱਲ ਗਰੀਬ ਘਰਾਂ ਦੇ ਬੱਚੇ ਨੇ ਸਾਰੇ ਮੈਂ ਵੀ ਆਪ ਵੀ ਅਤੇ ਇਹਨਾਂ ਨੂੰ ਇਹਨਾਂ ਦੀ ਕੁਰਬਾਨੀ ਇਹੀ ਆ ਵੀ ਇਹ ਆ ਕੇ ਪ੍ਰੈਕਟਿਸ ਕਰਦੇ ਆ ਨਹੀਂ ਅੱਜ ਦਾ ਯੂਥ ਤੁਹਾਨੂੰ ਪਤਾ ਵੀ ਗਲਤ ਰਾਹ 'ਤੇ ਪਿਆ ਵਿਆ ਅਤੇ ਉੱਥੋਂ ਇਹ ਗ੍ਰੇਟ ਨੇ ਜਿਹੜੇ ਇੱਥੇ ਆ ਕੇ ਪ੍ਰੈਕਟਿਸ ਕਰਦੇ ਆ ਉਮੀਦ ਕਰਦੇ ਆਉਣ ਵਾਲੇ ਸਮੇਂ 'ਚ ਵੀ ਸਾਡੀ ਟ੍ਰੇਨਿੰਗ ਵਧੀਆ ਸਿੱਟੇ ਲਿਆਵੇਗੀ ਅਤੇ ਅਸੀਂ ਅਪੀਲ ਵੀ ਕਰਦੇ ਹੁੰਦੇ ਜਲਦੀ ਤੋਂ ਜਲਦੀ ਇਹਨਾਂ ਦਾ ਪ੍ਰਦਰਸ਼ਨ ਹੋਵੇ ਅਤੇ ਲੋਕ ਵੀ ਦੇਖਣ ਵੀ ਹਾਂ ਵੀ ਇਹ ਪ੍ਰੈਕਟਿਸ ਕੀਤੀ ਸੀ ਇਹਨਾਂ ਨੇ ਵਧੀਆ ਪ੍ਰਦਰਸ਼ਨ ਦੇ ਪਿੰਡ ਦਾ ਨਾਂ ਆਪਦਾ ਨਾਂ ਇਲਾਕੇ ਦਾ ਨਾਂ ਚਮਕਾਉਣ ਅਤੇ ਹੌਲੀ ਹੌਲੀ ਲੋਕਲ ਪੱਧਰ 'ਤੇ ਫਿਰ ਰਾਸ਼ਟਰੀ ਪੱਧਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਜਾਣ ਮੈਂ ਪਹਿਲਾਂ ਹੀ ਨਹੀਂ ਕਹਿੰਦਾ ਵੀ ਅੰਤਰਰਾਸ਼ਟਰੀ ਪੱਧਰ 'ਤੇ ਜਾਣਗੇ ਸਟੈਪ ਬਾਈ ਸਟੈਪ ਬਾਈ ਇਹਨੂੰ ਟ੍ਰੇਨਿੰਗ ਹੋ ਰਹੀ ਹੈ ਸਟੈਪ ਬਾਈ ਸਟੈਪ ਉੱਪਰ ਜਾਣਗੇ ਇਸ ਕਰਕੇ ਵਧੀਆ ਖਿਡਾਰੀ ਬਣਨਗੇ ਪਰ ਇਹਨਾਂ ਨੂੰ ਉਮੀਦ ਆ ਵੀ ਇਹ ਪ੍ਰੈਕਟਿਸ ਕਰਨ ਜੀ ਲਾ ਕੇ ਜਿਵੇਂ ਸਰ ਵੀਰੇ ਨੇ ਦੱਸਿਆ ਸੀ ਵੀ 3 ਮਹੀਨੇ ਤੋਂ ਜਿਹੜਾ ਕੈਂਪ ਚੱਲ ਰਿਹਾ ਹੈਗਾ ਹਾਂਜੀ
हुण तक 100 दे करीब 150 दे करीब जिहड़े तुहाडे कोल मुंडे प्रैक्टिस करदे आ आउण वाले मैचां च किदां दा प्रदर्शन होऊगा? प्रदर्शन तां तुसीं जी वैसे मैं हुण तां आपदे मूहों नहीं कह सकदा प्रदर्शन तां ओह की रहेगा क्योंकि कैंप तां हरेक पिंड च लग्या होया कैंप तो इस टाइम हरेक पिंड च लगे साडा जिहड़ा कैंप आ इस विलखण तो यह आ भी असी किसी भी बच्चे तो कोई पैसा नहीं लेंदे ठीक है जी असी इतों तक मैं आप इन तो पानी भी नहीं पींदा तो इस करके मैं दूसरे कोचा वागू तो है नहीं भी एक एक खिलाड़ी तो 20,000 रुपया ले लिया 2 महीने कैंप लाता 2 महीने बाद यह कुछ कर ना कर ठीक है उन्हें आपके पैसे लाए वो अगले होर अगले असामी होर तैयार रखता भी मैं हूँ 2 महीने बाद उत्थे आऊँगा ठीक है तो इस करके भी असी निष्काम सेवा करते हैं निष्काम सेवा में हमेशा फल ही वधिया लगता फल उम्मीद भी लगेगा भी फल सर जाते जाते प्लेयर या दर्शक वीरों को सुझाव देना चाहते हो लाइव के जरिए? वैसे तो मेरे च इन्नी कपैसिटी नहीं हैगी भी मैं दर्शकों दूजा फिर भी खिलाड़ियों फिर भी यह कहना दर्शकों भी तुम जी खिलाड़ियों प्रति जी सोच पॉजिटिव रख्या करो क्योंकि यूथ आ इन्हें एनर्जी बहुत आ जे दर्शकों की हलासेरी सभा से ताड़िया इनू मूँह चो पैसे ना देन सभा जी तो ये होर दुगने हो जाएंगे ठीक है जे खिलाड़ी ने उन्होंने ये कहना भी तुम भाई मेहनत करो दब के मेहनत तुम किसी कोच वधिया कोल करो जे किसी माड़े कोल चले गए तो फ्यूचर है जोड़ा खराब हो जूगा फिर बहुत ही देर तक नहीं खेड सकते खेडने लिए तो कोई जिन्होंने आप मास्टर वैसे तो मास्टर कोई भी नहीं मास्टर ट्रेनर चाहिए मैं आप खुद DPR दे गोल्ड मैडल MA चो मेरी सैकेंड डिवीजन NES वॉलीबॉल मैं ठीक है सर ते PIT कर रहा सी मैं सिर्फ कबड्डी नूं समर्पित होने करके ओके सर वो जिहड़ी चंडीगढ़ की नौकरी जां पटियाले नौकरी सारे छड्ड के इत्थे पिंडां च आया ते हुण तक मेरे जनून आ मैं कबड्डी च हर टाइम जुड़िया रहना। धन्यवाद जी ये सन कोच सरदार दलीप सिंह जी जो कि गुरमा कैंप के प्लेयर वीर जो प्लेयर कैंप लाया होया इन्हों बहुत बहुत धन्यवाद करते हैं। पहला आप सरदार कोच साहबान गल की हूँ आप इतने जो कैंप के प्लेयर ने अपना कबड्डी के वास्ते उन्होंने बारे गलबात करते हैं आज पहला मैं भी कबड्डी बांटू के बहुत बहुत स्वागत है बहुत बहुत धन्यवाद जी थोड़ा भी कबड्डी 1-2-3 देख रहे सारे दर्शकों जो देश विदेशों बैठे हैं उन्होंने प्यार भरी सत श्री अकाल जी सानू जी इस ग्राउंड प्रैक्टिस करते 2.5 महीने तो उपर हो चुके हैं तो साड़ी प्रैक्टिस मतलब बहुत बढ़िया तरीके हो रही है जो सीनियर कोच तो साढ़े कोच साहब हरविंदर सिंह पाऊ द्वारा करवाई जा रही है तो हुण असी प्रमोटर प्रशासन को यही मंग करते हैं कि साड़ी जो इस ग्राउंड मेहनत की आ उसका मुल पाया जाए तो जल्दी तो जल्दी मैच स्टार्ट किए जा जो असी अपना वधिया प्रदर्शन आने वाले समय के ग्राउंड कर सकी। तो साड़ी भी सरकार नूं ये बेनती आ सारे प्रशासन नूं बेनती आ कि जिहड़े हर एक थां ते जिहड़े कैंप चल रहे ने कैंप पूरे जोरां शोरां ते चल रहे ने साड़ी सरकार नूं सारे प्लेयरां वल्लों सारी कबड्डी जगत वल्लों ये साड़ी सरकार नूं बेनती आ कि जिहड़ा पहलां लॉकडाउन सी लॉकडाउन के कारण जिहड़े साडे मैच बंद सन तो साड़ी बेनती है भी मैच वो चलाए जाण असीं जो मैच करवावांगे सारी प्लेयर वीर सारी कबड्डी जगत असी प्रशासन दीआं हदायतां मुताबक असीं मैच करावांगे सो साडी सारे क्लब सारे प्रमोटरां वल्लों सारे प्लेयरों वालों सारे रैफरियों वालों सारे कमेंटेटर वालों सारे लाइव लाइव वाले वीर वालों साढ़े सारे वालों हाथ जोड़ के बेनती है प्रशासन को कि साड़ी यह जो असी अज बोल रहे हैं साड़ी बेनती है कि साड़ी बेनती को स्वीकार किया जाए। अज तक दे वन टू थ्री चैनल सबसक्राइब करो अगले भी किसी होर धन्यवाद।